ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਹਰਿਆਣਾ ਤੋਂ ਪੰਜਾਬ ਦੇ ਵਿੱਚ ਨਸ਼ੇ ਦੀ ਸਪਲਾਈ ਕਰਦਾ ਸੀ। ਇਹ ਗਿਰੋਹ ਇੰਨਾ ਸ਼ਾਤਰ ਸੀ ਕਿ ਇਹਨਾਂ ਨੇ ਆਪਣੀ ਕਾਰ ਦੀ ਸੀਟ ਦੇ ਥੱਲੇ ਬੋਕਸ ਬਣਾ ਕੇ ਰੱਖਿਆ ਹੋਇਆ ਸੀ ਜਿਸ ਦੇ ਵਿੱਚ ਇਹ ਨਸ਼ੇ ਦੀ ਖੇਪ ਭਰਦੇ ਸਨ। ਇਹਨਾਂ ਦੇ ਕੋਲੋਂ 35 ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ। ਇਸ ਗਿਰੋਹ ਦੇ ਵੱਲੋਂ ਇਸ ਨਸ਼ੇ ਦੀ ਖੇਪ ਪਹੁੰਚਾਉਣ ਦੇ ਉੱਤੇ 15,000 ਰੁਪਏ ਨਸ਼ੇ ਦਾ ਕਿਰਾਇਆ ਵੀ ਲਿਆ ਜਾਂਦਾ ਸੀ। ਫਿਲਹਾਲ ਸਮਰਾਲਾ ਪੁਲਿਸ ਨੇ ਇਸ ਗਿਰੋਹ ਦਾ ਪਰਦਾਫਾਸ਼ ਕਰ ਦਿੱਤਾ ਹੈ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਕੱਲ੍ਹ ਮੁੱਖ ਅਫਸਰ ਥਾਣਾ ਸਮਰਾਲਾ ਭੁਪਿੰਦਰ ਸਿੰਘ ਜੀ ਅਤੇ ਇਹਨਾਂ ਦੀ ਟੀਮ ਏ ਸੀ ਬਲਦੇਵ ਰਾਜ ਦੀ ਅਗਵਾਈ 'ਚ ਕੱਲ੍ਹ ਹੇਡੋਂ ਸਪੈਸ਼ਲ ਨਾਕਾਬੰਦੀ ਚੱਲਦੀ ਸੀ ਤਾਂ ਉਸ ਨਾਕਾਬੰਦੀ ਦੌਰਾਨ ਇੱਕ ਹੋਂਡਾ ਸਿਟੀ ਗੱਡੀ ਜਿਹਨੂੰ ਦਿੱਲੀ ਦਾ ਨੰਬਰ ਲੱਗਿਆ ਹੋਇਆ ਸੀ DL4CAH6310, ਇਹ ਗੱਡੀ ਇਹਨਾਂ ਨੇ ਰੋਕ ਕੇ ਜਦੋਂ ਚੈੱਕ ਕਰ ਰਹੇ ਸੀ ਤਾਂ ਚੈਕਿੰਗ ਦੇ ਦੌਰਾਨ ਜਿਹੜੀ ਪਿਛਲੀ ਸੀਟ ਹੈ ਉਹਦੇ ਥੱਲੇ ਕਾਫੀ ਨਟ ਬੋਲਟ ਲੱਗੇ ਹੋਏ ਸੀ, ਜਿੱਥੋਂ ਪੁਲਿਸ ਪਾਰਟੀ ਨੂੰ ਸ਼ੱਕ ਪੈ ਗਿਆ ਕਿ ਰੂਟੀਨ 'ਚ ਪਿਛਲੀ ਸੀਟ ਦੇ ਥੱਲੇ ਨਟ ਬੋਲਟ ਨਹੀਂ ਤੁਹਾਨੂੰ ਨਜ਼ਰ ਆਉਣਗੇ। ਤਾਂ ਇਹਨਾਂ ਨੇ ਉਸ ਸ਼ੱਕ 'ਤੇ ਉਹ ਸੀਟ ਖਿਲਾ ਕੇ ਜਦੋਂ ਚੈੱਕ ਕੀਤੀ ਤਾਂ ਉਹਦੇ ਵਿੱਚੋਂ 35 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਜਿਹੜਾ ਉਹ ਬਰਾਮਦ ਹੋਇਆ ਅਤੇ ਕਾਰ ਚਾਲਕ ਜਿਹੜਾ ਡਰਾਈਵਰ ਅਤੇ ਉਹਦੇ ਨਾਲ ਬੈਠਾ ਸੀ ਉਹਨਾਂ 'ਚੋਂ ਇੱਕ ਹੈਗਾ ਮੁਦਿਤ ਕੁਮਾਰ ਅਤੇ ਦੂਜਾ ਸੁਭਾਸ਼ ਕੁਮਾਰ। ਇਹ ਦੋਨੇ ਬੇਸਿਕਲੀ ਮੇਰਠ ਦੇ ਰਹਿਣ ਵਾਲੇ ਨੇ ਔਰ ਇਹਨਾਂ ਦਾ ਇਹ ਬਿਜਨਸ ਆ, ਇਹਨਾਂ ਨੇ ਗੱਡੀ ਦੇ ਵਿੱਚ ਇਸੇ ਕਰਕੇ ਸੈਟਿੰਗ ਕੀਤੀ ਆ ਵੀ ਜ਼ਿਆਦਾਤਰ ਇਹ ਪੰਜਾਬ 'ਚ ਪੋਪੀ ਹਸਕ ਜਿਹੜਾ ਸਪਲਾਈ ਕਰਦੇ ਆ ਔਰ ਇਹਨਾਂ ਦੀ ਇੰਟਰੋਗੇਸ਼ਨ ਮੁਤਾਬਕ ਇਹ ਉੱਥੋਂ ਹਰਿਆਣੇ ਤੋਂ ਪੰਜਾਬ ਦੇ ਵਿੱਚ 30 ਤੋਂ 35 ਕਿਲੋ ਭੁੱਕੀ ਲੈ ਕੇ ਆਉਂਦੇ ਆ ਔਰ ਉਹਦਾ 15,000 ਰੁਪਇਆ ਇਹ ਚਾਰਜ ਕਰਦੇ ਆ ਸਿਰਫ ਬਾਰਡਰ ਪਾ ਕੇ ਅੱਗੇ ਉਹਨਾਂ ਨੂੰ ਸਪਲਾਈ ਕਰਨ ਦਾ। ਇਹ ਮਾਛੀਵਾੜੇ ਦੇ ਏਰੀਏ 'ਚ ਕੱਲ੍ਹ ਸਪਲਾਈ ਕਰਨ ਜਿਹੜੇ ਆ ਰਹੇ ਸੀ ਕਾਬੂ ਕੀਤੇ ਨੇ ਔਰ ਜਿਹਨੂੰ ਸਪਲਾਈ ਦੇਣੀ ਸੀ ਉਹ ਵੀ ਜਲਦੀ ਜਿਹੜਾ ਸੁਰਾਖਾਂ ਪਿੱਛੇ ਹੋਏਗਾ, ਫਿਲਹਾਲ ਅਸੀਂ ਨੋਮੀਨੇਟ ਕਰ ਲਿਆ। ਤਾਂ ਇਹਨਾਂ ਦੀ ਪੁੱਛਗਿੱਛ 'ਤੇ ਇਹ ਵੀ ਗੱਲ ਆਈ ਵੀ ਥੋੜ੍ਹੇ ਦਿਨ ਪਹਿਲਾਂ ਵੀ ਇੱਕ ਇਹ ਰਾਊਂਡ ਮਾਰ ਕੇ ਗਏ ਨੇ, ਜਦੋਂ ਵੀ ਇਹਨਾਂ ਨੂੰ ਕੋਈ ਗਾਹਕ ਮਿਲਦਾ ਤਾਂ ਇਹ ਉੱਥੋਂ ਪੈਸੇ ਲੈਂਦੇ ਆ, ਪੈਸੇ ਲੈ ਕੇ ਜਿਹੜਾ ਮਾਲ ਆ ਹਰਿਆਣਾ ਤੋਂ ਕ੍ਰੋਸ ਕਰਾ ਕੇ ਪੰਜਾਬ ਦੇ ਵਿੱਚ ਸਪਲਾਈ ਦੇ ਦਿੰਦੇ ਆ। ਇਹਨਾਂ ਦੇ ਖਿਲਾਫ਼ ਅਸੀਂ ਮੁਕੱਦਮਾ ਦਰਜ ਕਰ ਲਿਆ, ਮੁਕੱਦਮਾ ਦਰਜ ਕਰਕੇ ਅੱਜ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਔਰ ਮੇਰਠ ਤੋਂ ਇਹਨਾਂ ਦੀ ਜਿਹੜੀ ਕ੍ਰਿਮੀਨਲ ਹਿਸਟਰੀ ਹੈ ਉਹਦੇ ਬਾਰੇ ਵੀ ਪਤਾ ਕਰ ਰਹੇ ਹਾਂ ਕਿ ਇਹਨਾਂ ਦੇ ਖਿਲਾਫ਼ ਪਹਿਲਾਂ ਕੋਈ ਮੁਕੱਦਮਾ ਹੈ ਅਤੇ ਕਾਹਦੇ ਆ ਔਰ ਕਿੰਨੀ ਦੇਰ ਤੋਂ ਇਸ ਧੰਦੇ ਦੇ ਵਿੱਚ ਸ਼ਾਮਲ ਨੇ। ਮਾਛੀਵਾੜੇ ਜਿੱਥੇ ਸਪਲਾਈ ਦੇਣੀ ਸੀ ਉਹਦਾ ਕੁਛ ਪਤਾ ਲੱਗਿਆ? ਬਿਲਕੁਲ, ਉਹਦਾ ਸਾਰਾ ਪ੍ਰੋਪਰ ਐਡਰੈਸ ਸਾਡੇ ਕੋਲ ਆ ਚੁੱਕਾ ਹੈ ਤਾਂ ਜਲਦੀ ਅਸੀਂ ਉਹਨੂੰ ਗ੍ਰਿਫਤਾਰ ਕਰ ਲਾਂ। ਸਰ ਮੁੰਡੀ ਨਾਮ ਤੋਂ ਲੱਗਿਆ ਜੀ ਪਤਾ ਵੀ ਕਿੰਨੇ ਕੁ ਟਾਈਮ ਤੋਂ ਕਰਦਾ ਹੈ ਜਿਹੜਾ ਇਹ ਧੰਦਾ ਕਰ ਰਹੇ ਨੇ? ਇਹ ਮਤਲਬ ਇਹਨਾਂ ਦਾ ਰਿਕਾਰਡ ਜਿਹੜਾ ਅਸੀਂ ਉਹ ਦੇਖ ਰਹੇ ਹਾਂ ਪਿਛਲੇ ਲੰਬੇ ਸਮੇਂ ਤੋਂ, ਇਹ ਜਿਹੜੀ ਗੱਡੀ ਦੇ ਵਿੱਚ ਇਹਨਾਂ ਨੇ ਆਪਣਾ ਬਕਸਾ ਫਿੱਟ ਕੀਤਾ ਹੋਇਆ ਔਰ ਪੁਰਾਣੇ ਮਾਡਲ ਦੀ ਗੱਡੀ ਹੋਣ ਕਰਕੇ ਇਹ ਉਹਨੂੰ ਕੰਟੀਨਿਊਸਲੀ ਚਲਾ ਰਹੇ ਨੇ।